ਅੱਧੀ ਰਾਤ ਨੂੰ ਪੰਪ ਦੇ ਦਫ਼ਤਰ ਦੇ ਵਿੱਚ ਬੜੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੱਲੀ ਕੱਲੀ ਚੀਜ਼ ਦੀ ਫਰੋਲਾ ਫਰਾਲੀ ਕੀਤੀ ਗਈ। ਆਖਿਰ ਨੂੰ ਇਹਨਾਂ ਦੇ ਹੱਥ 10,000 ਰੁਪਏ ਲੱਗੇ ਜਿਨ੍ਹਾਂ ਨੂੰ ਲੈ ਕੇ ਇੱਥੋਂ ਫਰਾਰ ਹੋਏ ਨੇ। ਦੋ ਲੁਟੇਰੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਏ ਨੇ। ਹੱਥ ਵਿੱਚ ਲੋਹੇ ਦੀ ਰੌੜ ਹੈ ਜਿਸ ਦੇ ਨਾਲ ਤਿਜੋਰੀ ਖੋਲੀ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਔਰ ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਜਲਾਲਾਬਾਦ ਦੇ ਪਿੰਡ ਘੁਬਾਇਆ ਦੇ ਵਿੱਚ ਇਹ ਵਾਰਦਾਤ ਹੋਈ। ਪੈਟਰੋਲ ਪੰਪ 'ਤੇ ਬੀਤੀ ਰਾਤ ਇਹ ਲੁਟੇਰੇ ਦਫ਼ਤਰ ਦੇ ਵਿੱਚ ਦਾਖਲ ਹੋਏ, ਇਕੱਲੇ ਇਕੱਲੇ ਸਮਾਨ ਦੀ ਚੈਕਿੰਗ ਕੀਤੀ, ਭੰਨ ਤੋੜ ਵੀ ਕੀਤੀ ਤਾਂ ਇਹਨਾਂ ਦੇ ਹੱਥ 10,000 ਲੱਗੇ ਨੇ। ਉਸ ਤੋਂ ਬਾਅਦ ਕਿੱਲੀ 'ਤੇ ਟੰਗੀਆਂ ਕਰਿੰਦਿਆਂ ਦੀਆਂ ਸ਼ਰਟਾਂ ਦੀ ਵੀ ਫਰੋਲਾ ਫਰਾਲੀ ਇਹਨਾਂ ਨੇ ਕੀਤੀ। ਤਲਾਸ਼ੀ ਲੈਣ ਤੋਂ ਬਾਅਦ ਜਦੋਂ ਹੱਥ ਕੁਝ ਨਾ ਲੱਗਾ ਫਿਰ ਇਹਨਾਂ ਨੇ ਭੰਨ ਤੋੜ ਸ਼ੁਰੂ ਕੀਤੀ। ਗੱਲੇ ਦੇ ਵਿੱਚ ਪਏ 10,000 ਲੁੱਟ ਕੇ ਇਹ ਲੁਟੇਰੇ ਫਰਾਰ ਹੋਏ ਨੇ। ਤਾਂ ਉੱਧਰ ਪੁਲਿਸ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਲੁਟੇਰਿਆਂ ਦੀ ਭਾਲ ਸ਼ੁਰੂ ਕੀਤੀ ਗਈ। ਇਹ ਜੀ ਵਾਕਿਆ ਰਾਤ 12 ਵਜੇ ਦੇ ਕਰੀਬ ਦੀ ਗੱਲ ਹੈ, ਜਦੋਂ ਇੱਕ 2-3 ਜਣੇ ਇੱਥੇ ਆਪਣੇ ਪੰਪ 'ਤੇ ਆਏ ਨੇ। ਪਿਕਅਪ ਉਹਨਾਂ ਨੇ ਸਾਹਮਣੇ ਸੜਕ ਤੋਂ ਪਾਰ ਰੋਕੀ ਹੈ। ਉਸ ਤੋਂ ਬਾਅਦ ਉਹਨਾਂ ਨੇ ਦੋਨਾਂ ਰੂਮਸ ਦੇ ਲੋਕ ਤੋੜ ਕੇ ਅੰਦਰ ਸਾਰੇ ਡਰੋਜ ਅਲਮਾਰੀਆਂ ਸਾਰੀਆਂ ਉਹਨਾਂ ਨੇ ਪੂਰੀ ਉਹਨਾਂ ਨੇ ਛਾਨਬੀਨ ਕੀਤੀ ਹੈ। ਅਤੇ ਫਿਰ ਉਹ ਦੂਸਰੇ ਰੂਮ ਦੇ ਵਿੱਚ ਜਾ ਕੇ ਅਲਮੀਰਾ ਦੇ ਉਹਨਾਂ ਨੇ ਲੋਕ ਤੋੜੇ, ਸੇਫ ਤੋੜਿਆ ਅਤੇ ਉਹਦੇ ਵਿੱਚੋਂ ਜੋ ਵੀ ਕੈਸ਼ ਲਗਭਗ 10-12 ਹਜ਼ਾਰ ਦੇ ਕਰੀਬ ਸੀ, ਜੋ ਵੀ ਰਾਤ ਦੀ ਸੇਲ ਹੁੰਦੀ ਹੈ ਉਸਦੀ, ਤਾਂ ਉਹ ਲੈ ਗਏ ਹੈ। ਅਤੇ ਉਹਨਾਂ ਕੋਲ ਰਾਡ ਵੀ ਸੀ, ਹਥਿਆਰ ਵੀ ਸੀ ਉਹਨਾਂ ਕੋਲ, ਅਤੇ ਮੂੰਹ ਬੰਨ੍ਹੇ ਹੋਏ ਸਨ। ਇਹ ਲਗਾਤਾਰ ਹਫ਼ਤੇ ਦੇ ਵਿੱਚ ਹੀ ਦੂਸਰਾ ਵਾਕਿਆ ਹੋ ਚੁੱਕਿਆ ਆਪਣੇ ਪੰਪ 'ਤੇ। ਅਸੀਂ ਪਹਿਲਾਂ ਵੀ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਪਿਛਲੇ ਹਫ਼ਤੇ, 11 ਤਰੀਕ ਦੀ ਗੱਲ ਹੈ, ਅਤੇ ਉਦੋਂ ਵੀ ਪੁਲਿਸ ਨੇ ਕੁਛ ਨਹੀਂ ਕੀਤਾ। ਪੁਲਿਸ ਦੀ ਨਾਕਾਮੀ ਸਾਬਤ ਹੋ ਰਹੀ ਹੈ ਇੱਥੋਂ ਹੀ। ਅਤੇ ਹੁਣ ਫਿਰ ਦੁਬਾਰਾ ਇੱਥੇ ਇਹ ਵਾਕਿਆ ਹੋ ਗਿਆ ਹੈ, ਅਤੇ ਪਰ ਮੈਨੂੰ ਉਮੀਦ ਨਹੀਂ ਇਹ ਕੁਛ ਕਰਨਗੇ। ਤਾਂ ਮੇਰੀ ਤਾਂ ਪੁਲਿਸ ਅੱਗੇ, DSP ਸਾਹਿਬ, SSP ਸਾਹਿਬ ਅੱਗੇ ਦਰਖਾਸਤ ਹੈ ਕਿ ਇਹਨੂੰ ਛਾਨਬੀਨ ਕਰਵਾਈ ਜਾਵੇ। ਅਤੇ ਇਹ ਪੁਲਿਸ ਚੌਂਕੀ ਘੁਬਾਇਆ ਇਹਨਾਂ ਦੇ ਅਫਸਰਾਂ ਨੂੰ, ਇਹਨਾਂ ਨੂੰ ਆਰਡਰ ਕੀਤੇ ਜਾਣ ਕਿ ਇੱਥੇ ਛਾਨਬੀਨ ਕਰਕੇ ਜਲਦ ਤੋਂ ਜਲਦ ਚੋਰ ਲੱਭੇ ਜਾਣ। ਅੱਧੀ ਰਾਤ ਨੂੰ ਪੰਪ ਦੇ ਦਫ਼ਤਰ ਦੇ ਵਿੱਚ ਬੜੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੱਲੀ ਕੱਲੀ ਚੀਜ਼ ਦੀ ਫਰੋਲਾ ਫਰਾਲੀ ਕੀਤੀ ਗਈ। ਆਖਿਰ ਨੂੰ ਇਹਨਾਂ ਦੇ ਹੱਥ 10,000 ਰੁਪਏ ਲੱਗੇ ਜਿਨ੍ਹਾਂ ਨੂੰ ਲੈ ਕੇ ਇੱਥੋਂ ਫਰਾਰ ਹੋਏ ਨੇ। ਦੋ ਲੁਟੇਰੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਏ ਨੇ। ਹੱਥ ਵਿੱਚ ਲੋਹੇ ਦੀ ਰੌੜ ਹੈ ਜਿਸ ਦੇ ਨਾਲ ਤਿਜੋਰੀ ਖੋਲੀ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਔਰ ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਜਲਾਲਾਬਾਦ ਦੇ ਪਿੰਡ ਘੁਬਾਇਆ ਦੇ ਵਿੱਚ ਇਹ ਵਾਰਦਾਤ ਹੋਈ। ਪੈਟਰੋਲ ਪੰਪ 'ਤੇ ਬੀਤੀ ਰਾਤ ਇਹ ਲੁਟੇਰੇ ਦਫ਼ਤਰ ਦੇ ਵਿੱਚ ਦਾਖਲ ਹੋਏ, ਇਕੱਲੇ ਇਕੱਲੇ ਸਮਾਨ ਦੀ ਚੈਕਿੰਗ ਕੀਤੀ, ਭੰਨ ਤੋੜ ਵੀ ਕੀਤੀ ਤਾਂ ਇਹਨਾਂ ਦੇ ਹੱਥ 10,000 ਲੱਗੇ ਨੇ। ਉਸ ਤੋਂ ਬਾਅਦ ਕਿੱਲੀ 'ਤੇ ਟੰਗੀਆਂ ਕਰਿੰਦਿਆਂ ਦੀਆਂ ਸ਼ਰਟਾਂ ਦੀ ਵੀ ਫਰੋਲਾ ਫਰਾਲੀ ਇਹਨਾਂ ਨੇ ਕੀਤੀ। ਤਲਾਸ਼ੀ ਲੈਣ ਤੋਂ ਬਾਅਦ ਜਦੋਂ ਹੱਥ ਕੁਝ ਨਾ ਲੱਗਾ ਫਿਰ ਇਹਨਾਂ ਨੇ ਭੰਨ ਤੋੜ ਸ਼ੁਰੂ ਕੀਤੀ। ਗੱਲੇ ਦੇ ਵਿੱਚ ਪਏ 10,000 ਲੁੱਟ ਕੇ ਇਹ ਲੁਟੇਰੇ ਫਰਾਰ ਹੋਏ ਨੇ। ਤਾਂ ਉੱਧਰ ਪੁਲਿਸ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਲੁਟੇਰਿਆਂ ਦੀ ਭਾਲ ਸ਼ੁਰੂ ਕੀਤੀ ਗਈ। ਇਹ ਜੀ ਵਾਕਿਆ ਰਾਤ 12 ਵਜੇ ਦੇ ਕਰੀਬ ਦੀ ਗੱਲ ਹੈ, ਜਦੋਂ ਇੱਕ 2-3 ਜਣੇ ਇੱਥੇ ਆਪਣੇ ਪੰਪ 'ਤੇ ਆਏ ਨੇ। ਪਿਕਅਪ ਉਹਨਾਂ ਨੇ ਸਾਹਮਣੇ ਸੜਕ ਤੋਂ ਪਾਰ ਰੋਕੀ ਹੈ। ਉਸ ਤੋਂ ਬਾਅਦ ਉਹਨਾਂ ਨੇ ਦੋਨਾਂ ਰੂਮਸ ਦੇ ਲੋਕ ਤੋੜ ਕੇ
ਅੰਦਰ ਸਾਰੇ ਡਰੋਜ਼ ਅਲਮਾਰੀਆਂ ਸਾਰੀਆਂ ਉਹਨਾਂ ਨੇ ਪੂਰੀ ਉਹਨਾਂ ਨੇ ਛਾਨਬੀਨ ਕੀਤੀ ਹੈ। ਅਤੇ ਫਿਰ ਉਹ ਦੂਸਰੇ ਰੂਮ ਦੇ ਵਿੱਚ ਜਾ ਕੇ ਅਲਮੀਰਾ ਦੇ ਉਹਨਾਂ ਨੇ ਲੋਕ ਤੋੜੇ, ਸੇਫ ਤੋੜਿਆ, ਅਤੇ ਉਹਦੇ ਵਿੱਚੋਂ ਜੋ ਵੀ ਕੈਸ਼ ਲਗਭਗ 10-12 ਹਜ਼ਾਰ ਦੇ ਕਰੀਬ ਸੀ, ਜੋ ਵੀ ਰਾਤ ਦੀ ਸੇਲ ਹੁੰਦੀ ਹੈ ਉਸਦੀ, ਤਾਂ ਉਹ ਲੈ ਗਏ ਹੈ। ਅਤੇ ਉਹਨਾਂ ਕੋਲ ਰਾਡ ਵੀ ਸੀ, ਹਥਿਆਰ ਵੀ ਸੀ ਉਹਨਾਂ ਕੋਲ, ਅਤੇ ਮੂੰਹ ਬੰਨ੍ਹੇ ਹੋਏ ਸਨ। ਇਹ ਲਗਾਤਾਰ ਹਫ਼ਤੇ ਦੇ ਵਿੱਚ ਹੀ ਦੂਸਰਾ ਵਾਕਿਆ ਹੋ ਚੁੱਕਿਆ ਆਪਣੇ ਪੰਪ 'ਤੇ। ਅਸੀਂ ਪਹਿਲਾਂ ਵੀ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਪਿਛਲੇ ਹਫ਼ਤੇ, 11 ਤਰੀਕ ਦੀ ਗੱਲ ਹੈ, ਅਤੇ ਉਦੋਂ ਵੀ ਪੁਲਿਸ ਨੇ ਕੁਛ ਨਹੀਂ ਕੀਤਾ। ਪੁਲਿਸ ਦੀ ਨਾਕਾਮੀ ਸਾਬਤ ਹੋ ਰਹੀ ਹੈ ਇੱਥੋਂ ਹੀ, ਅਤੇ ਹੁਣ ਫਿਰ ਦੁਬਾਰਾ ਇੱਥੇ ਇਹ ਵਾਕਿਆ ਹੋ ਗਿਆ। ਅਤੇ ਪਰ ਮੈਨੂੰ ਉਮੀਦ ਨਹੀਂ ਇਹ ਕੁਛ ਕਰਨਗੇ, ਤਾਂ ਮੇਰੀ ਤਾਂ ਪੁਲਿਸ ਅੱਗੇ DSP ਸਾਹਿਬ, SSP ਸਾਹਿਬ ਅੱਗੇ ਦਰਖਾਸਤ ਹੈ ਕਿ ਇਹਨੂੰ ਛਾਨਬੀਨ ਕਰਵਾਈ ਜਾਵੇ। ਅਤੇ ਇਹ ਪੁਲਿਸ ਚੌਂਕੀ ਘੁਬਾਇਆ, ਇਹਨਾਂ ਦੇ ਅਫਸਰਾਂ ਨੂੰ, ਇਹਨਾਂ ਨੂੰ ਔਡਰ ਕੀਤੇ ਜਾਣ ਕਿ ਇੱਥੇ ਛਾਨਬੀਨ ਕਰਕੇ ਜਲਦ ਤੋਂ ਜਲਦ ਚੋਰ ਲੱਭੇ ਜਾਣ।